ਬੱਚਿਓ ਤੁਹਾਡਾ ਮੇਰੇ ਚੈਨਲ ਉੱਪਰ ਸਵਾਗਤ ਹੈ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਕਰਾਂਗੀ CBSE ਬੋਰਡ ਦੀ ਕਲਾਸ 9th ਦੀ ਪੰਜਾਬੀ ਦਾ ਸਾਹਿਤਿਕ ਰੰਗ ਪਾਗ 1 ਦਾ ਇੱਕ ਪਾਠ ਪ੍ਰਦੇਸ਼ ਨਾ ਤੁਤੋਰੀ ਬਾਬਲਾ ਦਾ ਅਭਿਆਸ ਬੱਚਿਓ ਪ੍ਰਦੇਸ਼ ਨਾ ਤੁਤੋਰੀ ਬਾਬਲਾ ਦੇ ਰਾਈਟਰ ਲੇਖਕ ਨੇ ਬੰਦ ਸਿੰਘ ਚੱਡਾ ਤੇ ਸ਼ੁਰੂ ਕਰਦੇ ਹਾਂ ਇਸ ਪਾਠ ਦਾ ਅਭਿਆਸ ਦਸੋ ਖਾਂ ਪਲਾ ਪਹਿਲਾ ਪ੍ਰਸ਼ਨ ਹੈ ਸਾਡਾ ਰਾਣੀ ਕਿੰਨੀ ਪੜੀ ਲਿਖੀ ਕੁੜੀ ਸੀ ਇਹਦਾ ਉੱਤਰ ਆਏਗਾ ਰਾਣੀ ਨੇ ਐਮਏ ਕਰਕੇ ਬੀਐਡ ਕੀਤੀ ਹੋਈ ਸੀ ਸਾਡਾ ਸੈਕਿੰਡ ਪ੍ਰਸ਼ਨ ਹੈ ਕਿ ਕਹਾਣੀ ਦੀ ਪਾਤਰ ਰਾਣੀ ਪਰਦੇਸ ਜਾਣਾ ਚਾਹੁੰਦੀ ਸੀ ਇਹਦਾ ਉੱਤਰ ਆਏਗਾ ਨਹੀਂ ਕਹਾਣੀ ਦੀ ਪਾਤਰ ਰਾਣੀ ਪਰਦੇਸ ਨਹੀਂ ਜਾਣਾ ਚਾਹੁੰਦੀ ਸੀ ਨੈਕਸਟ ਕੁਐਸਚਨ ਹੈ ਜਿਹੜਾ ਮੁੰਡਾ ਰਾਣੀ ਦੇ ਵਿਆਹ ਲਈ ਵਿਖਿਆ ਉਸ ਦੀ ਉਮਰ ਕਿੰਨੀ ਸੀ ਇਹਦਾ ਉੱਤਰ ਅਸੀਂ ਲਿਖਾਂਗੇ ਜਿਹੜਾ ਮੁੰਡਾ ਰਾਣੀ ਦੇ ਵਿਆਹ ਲਈ ਵਿਖਿਆ ਗਿਆ ਉਸ ਦੀ ਉਮਰ 40-45 ਸਾਲ ਦੀ ਸੀ ਨੈਕਸਟ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਸੰਤੁਸ਼ਟ ਹਨ ਬੱਚੇ ਦੇ ਵਿੱਚ ਪ੍ਰਸ਼ਨ ਹੈ ਕਿ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਆ ਤੇ ਉਹਨਾਂ ਦੇ ਬੱਚੇ ਜਦੋਂ ਵਿਦੇਸ਼ ਚਲੇ ਜਾਂਦੇ ਆ ਤੇ ਕੀ ਪੇਰੈਂਟਸ ਜਿਹੜੇ ਉਹ ਸੈਟੀਸਫਾਈਡ ਹੈ ਜਾਂ ਨਹੀਂ ਹੈ ਅਸੀਂ ਇਹਦਾ ਉੱਤਰ ਦਾਂਗੇ ਹਾਂ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਸੰਤੁਸ਼ਟ ਹਨ ਕਿਉਂਕਿ ਉਹ ਸੋਚਦੇ ਹਨ ਕਿ ਉਹਨਾਂ ਦੇ ਬੱਚੇ ਪ੍ਰਦੇਸ਼ ਜਾ ਕੇ ਆਰਥਿਕ ਤੌਰ ਤੇ ਖੁਸ਼ਹਾਲ ਹੋ ਜਾਣਗੇ ਆਰਥਿਕ ਤੌਰ ਤੇ ਮਤਲਬ ਪੈਸੇ ਪੱਕੇ ਨੈਕਸਟ ਕੁਐਸਚਨ ਹੈ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਬਾਰੇ ਕਹਾਣੀ ਦੇ ਆਧਾਰ ਤੇ ਆਪਣੇ ਵਿਚਾਰ ਪ੍ਰਗਟ ਕਰੋ ਤੇ ਉੱਤਰ ਹੈ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਦੋ ਤਰ੍ਹਾਂ ਦੇ ਹਨ ਇੱਕ ਕੱਚੇ ਅਤੇ ਦੂਸਰੇ ਪੱਕੇ ਜਿਹੜੇ ਪੰਜਾਬੀ ਕੱਚੇ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਉਹ ਪੱਕੇ ਹੋਣ ਵਾਸਤੇ ਉੱਥੋਂ ਦੀਆਂ ਮਹਿਮਾ ਨਾਲ ਵਿਆਹ ਕਰਵਾ ਲੈਂਦੇ ਹਨ ਜਿਹੜੇ ਪੱਕੇ ਪੰਜਾਬੀ ਵਿਦੇਸ਼ਾਂ ਵਿੱਚ ਰਹਿੰਦੇ ਹਨ ਉਹ ਲਾਲਚ ਦੇ ਮਾਰੇ ਪੰਜਾਬ ਵਿੱਚ ਆ ਕੇ ਦੂਸਰੇ ਵਿਆਹ ਕਰਵਾ ਲੈਂਦੇ ਹਨ ਅਤੇ ਵਿਆਹੀ ਕੁੜੀ ਨੂੰ ਵਿਦੇਸ਼ ਨਹੀਂ ਲੈ ਕੇ ਜਾਂਦੇ ਨੈਕਸਟ ਕੁਐਸਚਨ ਹੈ ਸਾਡਾ ਵਿਦੇਸ਼ਾਂ ਵਿੱਚ ਰਹਿ ਰਹੇ ਮੁੰਡਿਆਂ ਨੂੰ ਰੋਜੀ ਰੋਟੀ ਕਮਾਉਣ ਲਈ ਕਿੰਨਾ-ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੋਜੈਕਟ ਤਿਆਰ ਕਰੋ ਅਸੀਂ ਇਹਦਾ ਉੱਤਰ ਲਿਖਾਂਗੇ ਵਿਦੇਸ਼ਾਂ ਵਿੱਚ ਰਹਿ ਰਹੇ ਮੁੰਡਿਆਂ ਨੂੰ ਰੋਜੀ ਰੋਟੀ ਕਮਾਉਣ ਵਾਸਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਨਾ ਪੈਂਦਾ ਹੈ ਅਤੇ ਆਪਣਾ ਖਰਚਾ ਖਾਣ-ਪੀਣ ਅਤੇ ਫੀਸ ਫੀਸ ਦਾ ਖਰਚਾ ਖੁਦ ਹੀ ਦੇਣਾ ਪੈਂਦਾ ਹੈ। ਕੁਝ ਪੰਜਾਬੀ ਵਿਦੇਸ਼ਾਂ ਵਿੱਚ ਗੁਰਦੁਆਰਿਆਂ ਦੀ ਪਨਾਹ ਲੈਂਦੇ ਹਨ। ਉਹ ਉੱਥੇ ਹੀ ਲੰਗਰ ਖਾਂਦੇ ਹਨ ਅਤੇ ਗੁਰਦੁਆਰਿਆਂ ਵਿੱਚ ਹੀ ਸੌਂਦੇ ਹਨ। ਨੈਕਸਟ ਹੈ ਹੁਣ ਆਓ ਕੁਝ ਹੋਰ ਕਰੀਏ। ਪਾਠ ਤੋਂ ਅੱਗੇ ਮਤਲਬ ਕਿ ਇਹ ਜਿਹੜੇ ਕੁਐਸਚਨ ਹੈ ਪਾਠ ਦੇ ਨਾਲ ਰਿਲੇਟਡ ਤੇ ਹੈਵਾ ਲੇਕਿਨ ਪਾਠ ਦੇ ਵਿੱਚੋਂ ਨਹੀਂ ਆ ਤੇ ਸਾਡਾ ਪਹਿਲਾ ਪ੍ਰਸ਼ਨ ਕੀ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਸ ਨੇ ਵਿਦੇਸ਼ ਜਾ ਕੇ ਇੱਧਰ ਦੀ ਕੁੜੀ ਨਾਲ ਵਿਆਹ ਕਰਵਾ ਕੇ ਉਸ ਨੂੰ ਧੋਖਾ ਦੇ ਦਿੱਤਾ ਹੈ ਅਜਿਹੀ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਤੇ ਬੱਚਿਓ ਇਸ ਦਾ ਉੱਤਰ ਤੁਸੀਂ ਖੁਦ ਵੀ ਲਿਖ ਸਕਦੇ ਹੋ ਅਗਰ ਤੁਸੀਂ ਸੱਚੀ ਮੁੱਚੀ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਕਿ ਜਿਸ ਨੇ ਵਿਆਹ ਤਾਂ ਕੀਤਾ ਲੇਕਿਨ ਕੁੜੀ ਨੂੰ ਧੋਖਾ ਦੇ ਦਿੱਤਾ ਕੁੜੀ ਨੂੰ ਵਿਦੇਸ਼ ਨਹੀਂ ਲੈ ਕੇ ਗਿਆ ਅਗਰ ਤੁਹਾਨੂੰ ਇਸ ਦਾ ਉੱਤਰ ਨਹੀਂ ਆਂਦਾ ਤੇ ਤੁਸੀਂ ਇਹ ਵਾਲਾ ਉੱਤਰ ਲਿਖ ਸਕਦੇ ਹੋ ਹਾਂ ਮੇਰੇ ਦੋਸਤ ਦੀ ਭੈਣ ਜਿਸ ਦਾ ਵਿਆਹ 5 ਸਾਲ ਪਹਿਲਾਂ ਅਮਰੀਕਾ ਰਹਦੇ ਮੁੰਡੇ ਨਾਲ ਹੋਇਆ ਸੀ ਵਿਆਹ ਕਰਵਾ ਕੇ ਮੁੰਡਾ ਆਪ ਤੇ ਵਿਦੇਸ਼ ਚਲਾ ਗਿਆ ਪਰ ਕੁੜੀ ਉਸ ਨੂੰ ਉਡੀਕਦੀ ਰਹੀ ਪਹਿਲਾ ਪਹਿਲ ਤੇ ਕਦੇ ਫੋਨ ਆ ਜਾਂਦਾ ਸੀ ਪਰ ਬਾਅਦ ਵਿੱਚ ਫੋਨ ਵੀ ਆਉਣਾ ਬੰਦ ਹੋ ਗਿਆ ਅਤੇ ਉਹ ਮੁੰਡਾ ਅਜੇ ਤੱਕ ਵੀ ਵਾਪਸ ਨਹੀਂ ਆਇਆ ਕਿਸੇ ਅਮਰੀਕਾ ਰਹਿੰਦੇ ਹੋਰ ਵਿਅਕਤੀ ਤੋਂ ਪਤਾ ਲੱਗਾ ਕਿ ਉਸ ਨੇ ਪਹਿਲਾਂ ਵੀ ਵਿਆਹ ਕਰਵਾਇਆ ਹੋਇਆ ਸੀ ਨੈਕਸਟ ਕੁਐਸਚਨ ਹੈ ਕੀ ਤੁਸੀਂ ਆਪ ਵਿਦੇਸ਼ ਜਾਣ ਚ ਰੁਚੀ ਰੱਖਦੇ ਹੋ ਜੇਕਰ ਤੁਹਾਡੇ ਸਾਹਮਣੇ ਵਿਆਹ ਨਾਲ ਸੰਬੰਧਿਤ ਕੋਈ ਚੁਣੌਤੀ ਆ ਜਾਵੇ ਤਾਂ ਤੁਸੀਂ ਉਸ ਨਾਲ ਕਿਵੇਂ ਨਜਿੱਠੋਗੇ ਵਿਚਾਰ ਪੇਸ਼ ਕਰੋ ਇਹਦਾ ਉੱਤਰ ਹੈ ਬੱਚਿਓ ਇਹਦਾ ਉੱਤਰ ਤੁਸੀਂ ਖੁਦ ਵੀ ਆਪਣੇ ਐਕਸਪੀਰੀਅੰਸ ਤੋਂ ਵੀ ਲਿਖ ਸਕਦੇ ਹੋ ਲੇਕਿਨ ਇਹ ਲਿਖਣਾ ਤੇ ਇਹ ਵੀ ਲਿਖ ਸਕਦੇ ਹੋ ਉੱਤਰ ਹੈ ਮੈਂ ਵਿਦੇਸ਼ ਜਾਣ ਵਿੱਚ ਕੋਈ ਰੁਚੀ ਨਹੀਂ ਰੱਖਦੀ ਹਾਂ ਪਰ ਅਗਰ ਮੇਰੇ ਸਾਹਮਣੇ ਵਿਆਹ ਨਾਲ ਸੰਬੰਧਿਤ ਚੁਣੌਤੀ ਆਵੇਗੀ ਤਾਂ ਮੈਂ ਆਪਣੇ ਘਰਦਿਆਂ ਨੂੰ ਸਾਫ਼ ਮਨਾ ਕਰ ਦਵਾਂਗੀ ਅਤੇ ਕਹਾਂਗੀ ਕਿ ਮੈਂ ਹੋਰ ਪੜ੍ਹ ਲਿਖ ਕੇ ਕੋਈ ਵਧੀਆ ਨੌਕਰੀ ਕਰੂੰਗੀ ਅਤੇ ਪੰਜਾਬ ਰੰਦੇ ਪੜ੍ਹੇ ਲਿਖੇ ਮੁੰਡੇ ਨਾਲ ਹੀ ਵਿਆਹ ਕਰਵਾਉਂਗੀ। ਨੈਕਸਟ ਕੁਐਸਚਨ ਹੈ ਤੁਹਾਡੇ ਚਾਚੇ ਦਾ ਮੁੰਡਾ ਵਿਦੇਸ਼ ਜਾ ਕੇ ਉੱਥੇ ਵਿਆਹ ਕਰਵਾ ਚੁੱਕਾ ਹੈ ਪਰ ਉਹ ਪਾਰਤ ਵਿੱਚ ਆ ਕੇ ਦਾਜਲੀ ਇੱਕ ਹੋਰ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਤੁਸੀਂ ਉਸ ਨੂੰ ਇੰਜ ਕਰਨ ਤੋਂ ਰੋਕਣ ਵਾਸਤੇ ਇੱਕ ਚਿੱਠੀ ਲਿਖੋ ਤੇ ਬੱਚਿਓ ਮੈਂ ਇੱਕ ਚਿੱਠੀ ਲਿਖੀ ਆ ਇਹਦੇ ਵਿੱਚ ਸਭ ਤੋਂ ਪਹਿਲੇ ਅਸੀਂ ਐਡਰੈਸ ਦਾਂਗੇ ਮਾਡਲ ਟਾਊਨ ਜਲੰਧਰ ਤੇ ਮੈਂ ਅੱਜ ਦੀ ਡੇਟ ਲਿਖੀ ਆ ਨੈਕਸਟ ਹੈ ਪਿਆਰੇ ਸੇਠੀ ਇਹ ਮੇਰੇ ਕਜ਼ਨ ਦਾ ਨੇਮ ਹੈ ਮੀਨਸ ਕੀ ਚਾਚੇ ਦੇ ਮੁੰਡੇ ਦਾ ਮੈਨੂੰ ਕੱਲ ਹੀ ਪਿਤਾ ਜੀ ਨੇ ਦੱਸਿਆ ਕਿ ਤੂੰ ਅਮਰੀਕਾ ਤੋਂ ਵਾਪਸ ਆ ਗਿਆ ਹੈ ਅਤੇ ਤੂੰ ਹੁਣ ਵਿਆਹ ਵਾਸਤੇ ਕੁੜੀ ਲੱਭ ਰਿਹਾ ਹੈ ਪਰ ਤੂੰ ਤਾਂ ਪਹਿਲਾਂ ਹੀ ਵਿਆਹਾ ਹੋਇਆ ਹੈ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੂਸਰਾ ਵਿਆਹ ਗੈਰਕਾਨੂੰਨੀ ਹੈ ਅਤੇ ਨਾਲੇ ਇਹ ਕੁੜੀ ਨੂੰ ਅਤੇ ਉਸਦੇ ਘਰਦਿਆਂ ਨੂੰ ਤੋਖਾ ਦੇਣ ਵਾਲੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਤੂੰ ਇੱਕ ਚੰਗਾ ਇਨਸਾਨ ਹੈ ਅਤੇ ਇਸ ਤਰ੍ਹਾਂ ਨਹੀਂ ਕਰੇਂਗਾ ਕਿਸੇ ਨੂੰ ਤੋਖਾ ਦੇ ਕੇ ਅਸੀਂ ਕਦੇ ਵੀ ਖੁਸ਼ ਨਹੀਂ ਰਹਿ ਸਕਦੇ ਸੋ ਆਪਣੀ ਸੋਚ ਨੂੰ ਬਦਲ ਮੈਨੂੰ ਆਸ ਹੈ ਕਿ ਤੈਨੂੰ ਮੇਰੀ ਗੱਲ ਸਮਝ ਆ ਗਈ ਹੋਵੇਗੀ ਤੇਰਾ ਪਿਆਰਾ ਪ੍ਰਾ ਅੱਗੇ ਤੁਸੀਂ ਆਪਣਾ ਨੇਮ ਲਿਖ ਦਿਓ ਨੈਕਸਟ ਕਰਾਂਗੇ ਅਸੀਂ ਲਿੰਗ ਬਦਲੋ ਪਹਿਲਾ ਹੈ ਪਤੀ ਸੌਰੀ ਪਤਨੀ ਪਤਨੀ ਦਾ ਆਏਗਾ ਪਤੀ ਤੇ ਮੁੰਡੇ ਦਾ ਲਿੰਗ ਕੀ ਆਏਗਾ ਕੁੜੀ ਤੇ ਧੀ ਦਾ ਹੋਏਗਾ ਪੁੱਤਰ ਨੈਕਸਟ ਹੈ ਮਿੱਤਰ ਮਿੱਤਰ ਦਾ ਲਿੰਗ ਆਏਗਾ ਸਹੇਲੀ ਨੈਕਸਟ ਹੈ ਵਿਰੋਧੀ ਸ਼ਬਦ ਉਲਟ ਕਰਕੇ ਲਿਖਣ ਵਾਲੇ ਸੋਨੀ ਕਰੂਪ ਠੀਕ ਹੈ ਨੈਕਸਟ ਹੈ ਅੱਗਾ ਅੱਗਾ ਮੀਨਸ ਉਦਾ ਵਿਰੋਧੀ ਹੈ ਪਿੱਛਾ ਨੈਕਸਟ ਵਿਰੋਧੀ ਸ਼ਬਦ ਹੈ ਕਾਲੀ ਕਾਲੀ ਦਾ ਵਿਰੋਧੀ ਹੋਏਗਾ ਹੌਲੀ ਨੈਕਸਟ ਹੈ ਕੁਆਰੀ ਤੇ ਕੁਆਰੀ ਦਾ ਆਏਗਾ ਵਿਆਈ ਹੀਟ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ ਮੱਚੋ ਇਹ ਜਿਹੜੇ ਸ਼ਬਦ ਸੀ ਅਸ਼ੁੱਧ ਦਿੱਤੇ ਹੋਏ ਸੀਗੇ ਕੁੜੀਆਂ ਮਾਪੀਆਂ ਉਡੀਕ ਸਿੱਲੀਆਂ ਅਸੀਂ ਇਹਨਾਂ ਨੂੰ ਸ਼ੁੱਧ ਕਰਕੇ ਲਿਖਿਆ ਹੈ ਕੁੜੀਆਂ ਮਾਪੀਆਂ ਉਡੀਕ ਤੇ ਸਹੇਲੀਆਂ ਤੁਸੀਂ ਦੇਖ ਕੇ ਲਿਖਣਾ ਕੋਈ ਗਲਤੀ ਨਾ ਕਰਿਓ ਖੇਚ ਲਿਖ ਕੇ ਵਾਕਾਂ ਵਿੱਚ ਕਾਰਕ ਚੁਣ ਕੇ ਉਹਨਾਂ ਦੇ ਨਾਂ ਲਿਖੋ ਇਹ ਸਾਨੂੰ ਵਾਕ ਦਿੱਤਾ ਹੋਇਆ ਹੈ ਪਿਤਾ ਤੀ ਲਈ ਰਿਸ਼ਤਾ ਵੇਖਣ ਜਾ ਰਿਹਾ ਹੈ ਅਸੀਂ ਇਹਦੇ ਵਿੱਚੋਂ ਕਾਰਕ ਨੂੰ ਚੁਣਨਾ ਹੈ ਇਸ ਵਾਕ ਦੇ ਵਿੱਚ ਪਿਤਾ ਤੀ ਲਈ ਰਿਸ਼ਤਾ ਵੇਖਣ ਜਾ ਰਿਹਾ ਹੈ ਦੋ ਕਾਰਕ ਨੇ ਇੱਕ ਪਿਤਾ ਤੇ ਇੱਕ ਤੀ ਜਿਹੜਾ ਪਿਤਾ ਹੈ ਉਹ ਕਰਤਾ ਕਾਰਕ ਹੈ ਤੇ ਜਿਹੜੀ ਤੀ ਹੈ ਉਹ ਸੰਪਰਦਾਨ ਕਾਰਕ ਹੈ ਨੈਕਸਟ ਆ ਜਾਏਗਾ ਮਾਪਿਆਂ ਨੇ ਕੁੜੀ ਲਈ ਦਿਨ ਰਾਤ ਇੱਕ ਕਰ ਦਿੱਤਾ ਇਹਦੇ ਵਿੱਚ ਵੀ ਦੋ ਕਾਰਕ ਨੇ ਮਾਪਿਆਂ ਤੇ ਦੂਸਰਾ ਹੈ ਕੁੜੀ ਜਿਹੜਾ ਮਾਪਿਆਂ ਹੈ ਉਹ ਹੈ ਕਰਤਾ ਕਾਰਕ ਤੇ ਜਿਹੜੀ ਕੁੜੀ ਐ ਉਹ ਐ ਸੰਪਰਦਾਨ ਕਾਰਕ ਨੈਕਸਟ ਆ ਜਾਏਗਾ ਆਪਾਂ ਕਿਉਂ ਕੁੜੀ ਨੂੰ ਖੂਹ ਵਿੱਚ ਧੱਕਾ ਦਿੰਦੇ ਹਾਂ ਇਹਦੇ ਵਿੱਚ ਵੀ ਦੋ ਕਾਰਕ ਨੇ ਇੱਕ ਕੁੜੀ ਤੇ ਦੂਸਰਾ ਖੂਹ ਜਿਹੜੀ ਕੁੜੀ ਆ ਉਹ ਕਰਮ ਕਾਰਕ ਐ ਤੇ ਜਿਹੜਾ ਖੂਹ ਐ ਉਹ ਅਧਿਕਰਣ ਕਾਰਕ ਨੈਕਸਟ ਹੈ ਲੇਖਕ ਨੇ ਮਿੱਤਰ ਰਾਹੀਂ ਰਿਸ਼ਤਾ ਲੱਭਿਆ ਇਦੇ ਵਿੱਚ ਲੇਖਕ ਤੇ ਮਿੱਤਰ ਕਾਰਕ ਹੈ ਜਿਹੜਾ ਲੇਖਕ ਹੈ ਉਹ ਕਰਤਾ ਕਾਰਕ ਹੈ ਤੇ ਜਿਹੜਾ ਮਿੱਤਰ ਹੈ ਉਹ ਕਰਨ ਕਾਰਕ ਹੈ ਨੈਕਸਟ ਆਇਆ ਸਾਡਾ ਹੇਠ ਲਿਖੇ ਵਾਕਾਂ ਵਿੱਚੋਂ ਵਿਸ਼ੇਸ਼ਣ ਚੁਣ ਕੇ ਉਹਨਾਂ ਦੀਆਂ ਕਿਸਮਾਂ ਦੱਸੋ ਪਹਿਲਾ ਕਿਹੜਾ ਵਾਕ ਹੈ ਰਾਣੀ ਢੇਰ ਸਾਰੀਆਂ ਜਮਾਤਾਂ ਪੜੀ ਪੜੀ ਹੋਈ ਸੀ ਇਹਦੇ ਵਿੱਚੋਂ ਅਸੀਂ ਵਿਸ਼ੇਸ਼ਣ ਚੁਣਾਂਗੇ ਇਸ ਵਾਕ ਦੇ ਵਿੱਚ ਵਿਸ਼ੇਸ਼ਣ ਹੈ ਢੇਰ ਸਾਰੀਆਂ ਤੇ ਵਿਸ਼ੇਸ਼ਣ ਦੀ ਕਿਸਮ ਕਿਹੜੀ ਹੈ ਨਿਸ਼ਚੇਵਾਚਕ ਮਤਲਬ ਕਿ ਪਤਾ ਨਹੀਂ ਆ ਕਿੰਨਿਆਂ ਵਾ ਢੇਰ ਸਾਰਿਆਂ ਵਾ ਇਸ ਕਰਕੇ ਕਿਸਮ ਆ ਜਾਏਗੀ ਇਹਦੀ ਅਨਿਸ਼ਚੇਵਾਚਕ ਨੈਕਸਟ ਹੈ ਮੁੰਡਾ ਸੱਤ ਸਮੁੰਦਰੋਂ ਪਾਰ ਤੋਂ ਆ ਰਿਹਾ ਸੀ ਇਹਦੇ ਚ ਜਿਹੜਾ ਵਿਸ਼ੇਸ਼ਣ ਹੈ ਉਹ ਹੈ ਸੱਤ ਤੇ ਵਿਸ਼ੇਸ਼ਣ ਦੀ ਕਿਸਮ ਕੀ ਹੈ ਗਿਣਤੀਵਾਚਕ ਵਿਸ਼ੇਸ਼ਣ ਕਿਉਂਕਿ ਸੱਤ ਗਿਣਤੀ ਦੱਸੀ ਹੋਈ ਹੈ ਨੈਕਸਟ ਹੈ ਤੁਹਾਡੇ ਮੁੰਡੇ ਦੀ ਉਮਰ ਬਹੁਤ ਜ਼ਿਆਦਾ ਹਾਂ ਇਹਦੇ ਵਿੱਚ ਸਾਡਾ ਵਿਸ਼ੇਸ਼ਣ ਹੈ ਬਹੁਤ ਜ਼ਿਆਦਾ ਤੇ ਕਿਸਮ ਆ ਜਾਂਦੀ ਹੈ ਅਨਿਸ਼ਚੇ ਵਾਚਕ ਵਿਸ਼ੇਸ਼ਣ ਨੈਕਸਟ ਹੈ ਇਹ ਲੜਕਾ ਬਹੁਤ ਲਾਲਚੀ ਹੈ ਇਹਦੇ ਵਿੱਚ ਸਾਡੇ ਦੋ ਵਿਸ਼ੇਸ਼ਣ ਆਣਗੇ ਇੱਕ ਇਹ ਤੇ ਇੱਕ ਆਏਗਾ ਬਹੁਤ ਲਾਲਚੀ ਇਹ ਜਿਹੜਾ ਹੈ ਇਹ ਪੜਨਾਵੀ ਵਿਸ਼ੇਸ਼ਣ ਹੈ ਤੇ ਬਹੁਤ ਲਾਲਚੀ ਗੁਣਵਾਚਕ ਵਿਸ਼ੇਸ਼ਣ ਹੈ ਬੱਚਿਓ ਮੈਂ ਆਸ ਕਰਦੀਆਂ ਕਿ ਤੁਹਾਨੂੰ ਮੇਰੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈਆ ਪਲੀਜ਼ ਇਹਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਕਿਉਂਕਿ ਮੈਂ ਤੁਹਾਡੇ ਲਈ ਵੀਡੀਓ ਬਣਾਉਣ ਵਾਸਤੇ ਬੜੀ ਮਿਹਨਤ ਕੀਤੀ ਹੈ ਅਤੇ ਤੁਹਾਡਾ ਇੱਕ ਲਾਈਕ ਇੱਕ ਸ਼ੇਅਰ ਮੈਨੂੰ ਮੋਟੀਵੇਟ ਕਰੇਗਾ ਕਿ ਮੈਂ ਤੁਹਾਡੇ ਲਈ ਹੋਰ ਵੀਡੀਓਜ਼ ਬਣਾਵਾਂ ਤੇ ਬੱਚਿਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ